ਫਿਰੋਜ਼ਪੁਰ ਵਿੱਚ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਵਿੱਚ ਕੁਤਾਹੀ ਲਈ ਜ਼ਿੰਮੇਵਾਰ ਅਧਿਕਾਰੀਆਂ ਖਿਲਾਫ ਕਾਰਵਾਈ ਵਿੱਚ ਦੇਰੀ ਤੋਂ ਨਾਰਾਜ਼ ਕੇਂਦਰ ਨੇ ਸੂਬਾ ਸਰਕਾਰ ਤੋਂ ਕਾਰਵਾਈ ਦੀ ਰਿਪੋਰਟ ਮੰਗੀ ਸੀ। ਇਸ ਤੇ ਬੋਲਦਿਆਂ ਪੰਜਾਬ ਦੇ ਮੁੱਖ ਸਕੱਤਰ VK ਜੰਜੂਆ ਨੇ ਕਿਹਾ ਹੈ ਕਿ ਅੱਜ ਕੱਲ ਵਿੱਚ ਕੇਂਦਰ ਨੂੰ ਜਵਾਬ ਦਿੱਤਾ ਜਾ ਰਿਹਾ ਹੈ। ਉਹਨਾਂ ਨੇ ਕਿਹਾ ਹੈ ਕਿ ਇਸ ਮਾਮਲੇ ਵਿੱਚ ਜਲਦ ਕਾਰਵਾਈ ਕੀਤੀ ਜਾਵੇਗੀ ਅਤੇ ਦੋਸ਼ੀ ਪਾਏ ਗਏ ਅਧਿਕਾਰੀ ਰਿਟਾਇਰ ਵੀ ਹੋ ਗਏ ਹਨ ਤਾਂ ਉਹਨਾਂ ਦੀ ਪੈਨਸ਼ਨ ਕੱਟੀ ਜਾ ਸਕਦੀ ਹੈ। ਉਹਨਾਂ ਨੇ ਕਿਹਾ ਹੈ ਕਿ ਅਧਿਕਾਰੀਆਂ ਨੂੰ ਇੱਕ ਮੌਕਾ ਆਪਣੀ ਗੱਲ ਰੱਖਣ ਦਾ ਦਿੱਤਾ ਜਾਵੇਗਾ। ਅਧਿਕਾਰੀਆਂ ਤੇ ਕਾਰਵਾਈ ਹੋਵੇਗੀ ਪਰ ਉਸ ਤੋਂ ਪਹਿਲਾਂ ਰਿਪੋਰਟ ਕੇਂਦਰ ਨੂੰ ਭੇਜੀ ਜਾਵੇਗੀ। VK ਜੰਜੂਆ ਨੇ ਕਿਹਾ ਹੈ ਕਿ ਇਸ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਗੱਲਬਾਤ ਹੋ ਚੁੱਕੀ ਹੈ ਅਤੇ ਜੋ ਵੀ ਕਸੂਰਵਾਰ ਹਨ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਵੇਗੀ। ਦੱਸ ਦਈਏ ਕਿ ਪਿਛਲੇ ਸਾਲ 5 ਜਨਵਰੀ ਨੂੰ ਪੰਜਾਬ ਦੇ ਫਿਰੋਜ਼ਪੁਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਵਿੱਚ ਕੁਤਾਹੀ ਦਾ ਮਾਮਲਾ ਸਾਹਮਣੇ ਆਇਆ ਸੀ, ਜਿੱਥੇ ਕਥਿਤ ਕਿਸਾਨ ਅੰਦੋਲਨਕਾਰੀਆਂ ਨੇ ਹੁਸਾਨੀ ਵਾਲਾ ਫਲਾਈਓਵਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਫਲੇ ਨੂੰ ਅੱਗੇ ਨਹੀਂ ਜਾਣ ਦਿੱਤਾ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਰੀਬ 20 ਮਿੰਟ ਤੱਕ ਉਸੇ ਫਲਾਈਓਵਰ ਤੇ ਰੁਕਣਾ ਪਿਆ ਸੀ ਅਤੇ ਉਹਨਾਂ ਨੂੰ ਆਪਣਾ ਪ੍ਰੋਗਰਾਮ ਰੱਦ ਕਰਕੇ 에ਅਰਪੋਰਟ ਪਰਤਣਾ ਪਿਆ ਸੀ। PM ਸਾਹਿਬ ਆਏ ਥੇ ਯਹਾਂ ਪੇ ਹਮਾਰੇ ਲਾਸਟ ਈਅਰ ਜਨਵਰੀ ਮੇਂ, ਉਨ੍ਹੋਂਨੇ ਬਠਿੰਡਾ ਸੇ ਫਿਰੋਜ਼ਪੁਰ ਜਾਣਾ ਥਾ, ਤੋ ਪਹਿਲੇ ਤੋਂ ਪ੍ਰੋਗਰਾਮ ਥਾ ਉਨਕਾ, ਸ਼ਾਇਦ ਹੈਲੀਕਾਪਟਰ ਸੇ ਜਾਏਂਗੇ, ਲੇਕਿਨ ਮੌਸਮ ਖਰਾਬ ਥਾ ਤੋ ਵੋ ਬਾਏ ਰੋਡ ਗਏ ਥੇ। ਤੋ ਨੋਰਮਲੀ ਹਮਾਰਾ ਜੋ ਸਟੈਂਡਰਡ ਪ੍ਰੋਸੀਜਰ ਹੈ ਕਿ ਅਗਰ ਹੈਲੀਕਾਪਟਰ ਸੇ ਵੀ ਜਾਣਾ ਹੋ, ਬਟ ਜੋ ਲੈਂਡ ਰੂਟ ਹੈ ਉਸਕਾ ਵੀ ਅਰੇਂਜਮੈਂਟ ਕੀਆ ਹੋਤਾ ਹੈ ਹਮਾਰਾ, ਲੇਕਿਨ ਵੋ ਲੈਂਡ ਰੂਟ ਪੇ ਵੋ ਜਬ ਜਾ ਰਹੇ ਥੇ ਉਸਸੇ ਬਠਿੰਡਾ ਸੇ ਫਿਰੋਜ਼ਪੁਰ, ਤੋ ਰਾਸਤੇ ਮੇਂ ਕੁਛ ਫਾਰਮਰਸ ਨੇ ਬਲੋਕ ਕਰ ਲਿਆ ਉਨਕਾ ਰਾਸਤਾ, ਤੋ ਆਧਾ ਘੰਟਾ ਕੇ ਕਰੀਬ ਵੋ ਮੇਰੇ ਖਿਆਲ ਸੇ ਬਲੋਕ ਰਹਾ ਰਾਸਤਾ, ਤੋ ਵੋ ਜਾ ਨਹੀਂ ਪਾਏ ਫਿਰ ਫਿਰੋਜ਼ਪੁਰ, ਤੋ ਫਿਰ ਵਾਪਸ ਚਲੇ ਗਏ ਥੇ ਬਠਿੰਡਾ। ਤੋ ਇਸ ਇਸ਼ੂ ਕੋ ਲੇਕਰ ਮਾਨਯੋਗ ਸੁਪਰੀਮ ਕੋਰਟ ਮੇਂ ਪਟੀਸ਼ਨ ਡਾਲੀ ਗਈ ਥੀ, ਤੋ ਫਿਰ ਸੁਪਰੀਮ ਕੋਰਟ ਕੀ ਤਰਫ ਸੇ ਇੱਕ ਪੈਨਲ ਬਣਾਇਆ ਗਿਆ ਥਾ, ਜਿਸ ਮੇਂ ਮਿਸਿਸ ਇੰਦੂ ਮਲਹੋਤਰਾ ਰਿਟਾਇਰਡ ਜਸਟਿਸ ਸੁਪਰੀਮ ਕੋਰਟ, ਵੋ ਇਸਕੇ ਹੈਡ ਥੇ, ਤੋ ਉਹਨੇ ਇਨਕੁਆਇਰੀ ਕੀ ਸੋਰੀ, ਤੋ ਇਨਕੁਆਇਰੀ ਕਰਨੇ ਕੇ ਬਾਅਦ ਉਹਨੇ ਸਾਰੀ ਰਿਪੋਰਟ ਹਮੇ ਭੇਜੀ ਹੈ। ਤੋ ਇੱਕ ਕਾਪੀ ਸੈਂਟਰ ਕੋ ਭੇਜੀ ਥੀ, ਇੱਕ ਸਟੇਟ ਕੋ ਭੇਜੀ ਥੀ, ਤੋ ਉਸਮੇਂ ਉਹਨੇ ਸਾਰਾ ਹਰ ਇੱਕ ਆਫਿਸਰਸ ਕਾ ਰੋਲ ਜੋ ਹੈ ਉਸਮੇਂ ਉਹਨੇ ਐਗਜ਼ਾਮਿਨ ਕੀਆ ਕਿ ਕਿਸਕੇ ਪਾਰਟ ਪੇ ਕਿਆ ਕਿਆ ਲੈਪਸ ਥੇ, ਤੋ ਵੋ ਸਾਰਾ ਉਹਨੇ ਡਿਟੇਲ ਦੀਆ ਹੁਆ ਹੈ ਕਿ DGP ਲੈਵਲ ਪੇ ਕਿਆ ਲੈਪਸ ਥੇ, ADGP, IG, DIG, SSP, ਤੋ ਸਾਰਾ ਕੁਛ ਉਸਮੇਂ ਵੋ ਐਨਾਲਾਈਜ਼ ਕੀਆ ਗਿਆ। ਤੋ ਹਮਾਰੇ ਪਾਸ ਰਿਪੋਰਟ ਆ ਗਈ ਹੈ, ਤੋ ਵੋ ਹਮਾਰੇ ਵੋ ਅੰਡਰ ਕੰਸਿਡਰੇਸ਼ਨ ਹੈ, ਤੋ ਜਲਦ ਹੀ ਉਸ ਪੇ ਜੋ ਹੈ ਕਾਰਵਾਈ ਚੱਲ ਰਹੀ ਹੈ, ਅਭੀ ਕਾਰਵਾਈ ਚੱਲ ਰਹੀ ਹੈ। ਬਟ ਆਪ ਐਸੇ ਹੈ ਨਾ ਕਿ ਆਪ ਕਿਸੇ ਆਫਿਸਰ ਕੇ ਖਿਲਾਫ ਕੋਈ ਵੀ ਕਾਰਵਾਈ ਕਰਨੇ ਸੇ ਪਹਿਲੇ ਉਸਕੋ ਅਪਰਚੁਨਿਟੀ ਆਫ ਹੇਅਰਿੰਗ ਤੋ ਦੇਣੀ ਪੜਤੀ ਹੈ ਨਾ, ਪਹਿਲੇ ਤੋ ਉਸਕੋ ਆਰਟੀਕਲਸ ਆਫ ਚਾਰਜ ਬਤਾਨਾ ਪੜਤਾ ਕਿ ਯੇ ਹੈ ਆਪਕੇ ਅਗੇਂਸਟ ਐਲੀਗੇਸ਼ਨ, ਉਸਕੋ ਫਿਰ ਡਿਫੈਂਡ ਕਰਨੇ ਕਾ ਮੌਕਾ ਦਿਆ ਜਾਤਾ ਹੈ। ਤੋ ਅਗਰ ਜ਼ਰੂਰਤ ਹੋ ਤੋ ਉਸਮੇਂ ਫਿਰ ਇਨਕੁਆਇਰੀ ਵੀ ਹੋਤੀ ਹੈ, ਕਿਸੇ ਇਨਕੁਆਇਰੀ ਅਫਸਰ ਕੋਲ ਆਇਆ ਜਾਤਾ, ਫਿਰ ਪਨਿਸ਼ਮੈਂਟ ਦੀ ਜਾਤੀ ਹੈ। ਤੋ ਐਸੇ ਹੀ ਨਹੀਂ ਦੇ ਸਕਤੇ ਪਨਿਸ਼ਮੈਂਟ, ਤੋ ਅੰਡਰ ਕਾਰਵਾਈ ਹੈ ਹਮਾਰੇ, ਜੋ ਅੰਡਰ ਕੰਸਿਡਰੇਸ਼ਨ ਹੈ, ਐਕਸ਼ਨ ਹੋ ਰਿਹਾ।